अबोहर विच दो दिन होई बरसात दी वजह दे नाल मलूकपुरा माइनर दे विच 70 फुट दा पाड़ पै गया, जिस कारण किसानां दीआं फसलां दा भारी नुकसान होया है। पै रही गर्मी तो बाद हुई बरसात दे नाल लोकां नूं राहत तां जरूर मिली, लेकिन ये बरसात कुदरती आफत बन के आई है। बीते दो दिनों तो पै रही अबोहर इलाके विच बरसात दे नाल जिथे शहर दे विच कई थावां ते पानी भर गया है, उथे पिंडा विचों लंघदियां नहरां भी ओवरफ्लो हो गई ने। ते यही वजह है कि अबोहर दे पिंड काला टिब्बा दे नेड़े मलूकपुरा माइनर दे विच 70 फुट दा पाड़ पै गया है, ते कई एकड़ नरमे अते झोने दी फसल दे नुकसान होण दा खदशा जाहर कीता जा रहा है। हालांकि किसानां वल्लों मुआवजे दी मांग कीती जा रही है। किसानां दा कहना है कि पहला चिट्टी मक्खी ने किसानां नूं बर्बाद कर छड्डिया, ते हुण नहर दे विच पए पाड़ कारण उन्हां दीआं फसलां बर्बाद हो रही ने। मलूका नहर टुट गई जी, करीब 30-40 फुट का टकाव आ गया जी, फसल बर्बाद हो गई जी सारी। हर जिहड़ी नहर टुटदी हुंदी है जी, घट्टो घट्ट 4-5 महीने बाद टुट जाती है जी। ਟੁੱਟਣ ਦਾ ਕਾਰਨ ਲੱਗਿਆ ਜੀ, ਕੋਈ ਕਾਰਨ ਕੀ ਹੈ? ਕਾਰਨ ਤਾਂ ਹੁਣ ਤਾਂ ਮੀਂਹ ਪੈ ਰਿਹਾ ਜੀ, ਕਾਰਨ ਦਾ ਹੁਣ ਕੀ ਪਤਾ ਲੱਗ ਸਕਦਾ ਹੈ, ਪਰ ਪਾਣੀ ਜ਼ਿਆਦਾ ਕਰਕੇ ਟੁੱਟ ਸਕਦੀ ਹੈ ਜੀ, ਪ੍ਰਬੰਧ ਨਹੀਂ ਹੈਗਾ ਜੀ ਕੋਈ। ਅਤੇ ਨਰਮੇ ਦੀ ਫਸਲ ਹੈਗੀ ਜਿਹੜੀ ਬਰਬਾਦ ਹੋ ਗਈ ਜੀ, ਝੋਨੇ ਦੀ ਹੈਗੀ ਉਹ ਵੀ ਬਰਬਾਦ ਹੋ ਗਈ, ਹੋਰ ਲੋਕਾਂ ਨੇ ਇੰਨੀ ਮਿਹਨਤ ਕਰਕੇ ਫਸਲ ਬੀਜੀ ਹੈ ਸਾਰੀ ਖਰਾਬ ਹੋ ਗਈ ਜੀ। ਸਰਕਾਰ ਤੋਂ ਕੀ ਸਰਕਾਰ ਤੋਂ ਮੰਗ ਆਈ ਹੈਗੀ ਜੀ, ਬਸ ਮੁਆਵਜ਼ਾ ਦਿੱਤਾ ਜਾਵੇ ਜੀ। ਹਰ ਵਾਰੀ ਨੁਕਸਾਨ ਹੁੰਦਾ ਜ਼ਿਮੀਂਦਾਰ ਦਾ ਤਾਂ ਜੀ, ਪਰ ਇਹਨਾਂ ਨੂੰ ਵੀ ਥੋੜ੍ਹਾ ਦੇਖ ਕੇ ਮੁਆਵਜ਼ਾ ਦੇਣਾ ਚਾਹੀਦਾ ਜੀ। ਇੱਥੇ 500 ਏਕੜ ਜ਼ਮੀਨ ਹੈ ਦਾ ਨੁਕਸਾਨ ਹੋ ਗਿਆ। ਨਰਮਾ ਵੀ ਪਹਿਲਾਂ ਵੀ ਮੁੱਦੀ ਮੱਛਰ ਕਾਰਨ ਖਰਾਬ ਸੀ, ਅਤੇ ਹੁਣ ਵੀ ਵਾਲਾ ਨੁਕਸਾਨ ਹੋ ਗਿਆ। ਉੱਤੋਂ ਮੀਂਹ ਵੀ ਆ ਗਿਆ, ਨਹਿਰ ਵੀ ਟੁੱਟ ਗਈ, ਆਹ ਇੱਕੋ ਜੀ ਬਹੁਤ ਨੁਕਸਾਨ ਹੋ ਗਿਆ। ਉੱਧਰੋਂ ਲੱਕ ਝੋਨਾ ਵੀ ਖਰਾਬ ਹੋਇਆ ਜੀ ਸਾਡਾ। ਅਤੇ ਜੀ ਸਰਕਾਰ ਅੱਗੇ ਇਹੀ ਕਰਦੇ ਹਾਂ ਜੀ ਮੰਗ, ਇਹਨਾਂ ਨੂੰ ਕੁਛ ਗਰੀਬਾਂ ਨੂੰ ਮੁਆਵਜ਼ਾ ਦਿੱਤਾ ਜਾਵੇ। 500 ਏਕੜ ਜ਼ਮੀਨ ਹੈ ਬਰਬਾਦ ਹੋ ਗਈ ਹੈ ਕਾਲੇ ਡਿੱਬੇ ਦੀ। ਕੀ ਨੁਕਸਾਨ ਹੋਇਆ ਇੱਥੇ? ਇੱਥੇ ਨਰਮਾ ਝੋਨਾ ਬਹੁਤ ਨੁਕਸਾਨ ਹੋ ਗਿਆ ਵੀਰੇ, ਡੁੱਬ ਚੱਲੇ ਵੀਰੇ। ਕਿੰਨੇ ਫੁੱਟ ਦਾ ਕਟਾਵ ਹੈ ਜੀ? ਪਾਣੀ ਹੈ 5 ਫੁੱਟ, ਨਿਕੜੇ ਤੱਕ ਤਾਂ ਪਹੁੰਚ ਗਿਆ, ਸੜਕ ਟੱਪਣ ਲੱਗ ਪਿਆ ਪਾਣੀ ਜਾਗੜੇ ਵਾਲੀ। ਉਧਰ ਮੌਕੇ ਤੇ ਸੰਬੰਧਿਤ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ, ਤੇ ਜਲਦ ਹੀ ਨਹਿਰ ਦੇ ਵਿੱਚ ਪਏ ਪਾੜ ਨੂੰ ਭਰ ਦਿੱਤਾ ਜਾਵੇਗਾ। ਬਾਰਿਸ਼ ਹੋਈ ਹੈ ਉਹਦੇ ਕਰਕੇ ਪਿੱਛੇ ਲੋਕ ਜ਼ਿਮੀਂਦਾਰ ਆਪਦੇ ਮੋਗੇ ਕੱਸਿਆਂ ਦੇ ਹੈੱਡ ਬੰਦ ਕਰ ਲੈਂਦੇ ਹੈ, ਉਹਦੇ ਕਰਕੇ ਪਾਣੀ ਦਾ ਪੱਧਰ ਇੱਥੇ ਵੱਧ ਗਿਆ। ਕੁਛ ਇੱਕ ਰੀਜ਼ਨ ਇਹ ਵੀ ਹੈ ਕਿ ਥੱਲੇ ਆਪਣੇ ਇੱਥੇ ਪੁਲ ਦਾ ਨਿਰਮਾਣ ਹੋ ਰਿਹਾ ਹੈ ਹਨੂਮਾਨਗੜ੍ਹ ਰੋਡ 'ਤੇ, ਅਤੇ ਉਹਦੇ ਵਿੱਚ ਪਾਈਪਾਂ ਲੱਗੀਆਂ। ਵੈਸੇ ਤਾਂ ਪਾਈਪਾਂ ਸਾਫ਼ ਸੀਗੀਆਂ, ਲੇਕਿਨ ਫਿਰ ਵੀ ਨੈਚੁਰਲ ਫਲੋ ਦੇ ਵਿੱਚ ਇੱਕ ਡਾਫ ਲੱਗਦੀ ਹੈ ਉਸ ਤਰ੍ਹਾਂ। ਕਿੰਨੇ ਕੁ ਏਕੜ 'ਚ ਪਾਣੀ ਫੈਲਿਆ ਜੀ? ਅਜੇ ਤਾਂ ਜੀ ਫਲੋ ਕਰ ਹੀ ਰਿਹਾ, ਦੇਖੋ ਜੀ ਕਿੰਨੇ ਏਕੜ 'ਚ ਪੈਂਦਾ ਹੈ। ਤਾਂ ਵਾਹ ਹੀ ਹੈ। ਕਟਾਓ ਕਿੰਨੇ ਫਿਰ? ਅਜੇ 50 ਫੁੱਟ ਹੈਗਾ ਵੱਧ ਜੂਗਾ ਪਾਣੀ ਦੇ ਫਲੋ ਕਰਕੇ। ਹੈੱਡ ਤੋਂ ਆਪਾਂ ਪਾਣੀ ਬੰਦ ਕਰਾ ਲਿਆ, ਜਮ੍ਹਾਂ ਬੰਦ ਕਰਵਾ ਲਈ ਗਈ ਹੈ ਨਹਿਰ, ਲੇਕਿਨ ਪਿੱਛੋਂ ਸੋਥੇ ਤੋਂ ਆਪਾਂ ਕਮੀ ਲਈ ਹੈ, ਤਾਂ ਸ਼ਾਮ ਤੱਕ ਜਾ ਕੇ ਪਾਣੀ ਬੰਦ ਹੋ ਜਾਵੇ। ਇੱਥੇ ਫਸਲ ਕਿਹੜੀ ਕਿਹੜੀ ਬੀਜੀ ਹੋਈ ਸੀ? ਇੱਥੇ ਨਰਮ ਹੈ ਅਤੇ ਅੱਗੇ ਝੋਨਾ ਬੀਜਿਆ ਹੋਈ। ਬਿਊਰੋ ਰਿਪੋਰਟ, ABP ਸਾਂਝਾ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।